केजरीवाल केजरीवाल नकली केजरीवाल दस रहे ने चन्नी जी नूं तुहाडा की कहना इस मामले च यार सारयां नूं ते पता है कि नकली कौन आ नकली बंदा ओह अज मैं देख रहा सीगा कि ओह टीचरां बारे कह रहा सी लेकिन उत्थे जिहड़ी गेस्ट टीचर हैगे ओह सारे ने हड़ताल कीती होई है एक भी सफाई कर्मचारी दसदे कि उत्थे उहने पक्का कीता होवे एक भी किसी कर्मचारी नूं दिल्ली दे अंदर पक्का कीता होवे ਜਾਂ ਇਹ ਦੱਸ ਦੇਵੇ ਮੈਂ ਉਹਨਾਂ ਨੂੰ ਕਿਹਾ ਵੀ ਇੱਥੇ ਆ ਕੇ ਕਹਿੰਦਾ ਕਿ ਮੈਂ 20 ਲੱਖ ਨੌਕਰੀ ਦੇ ਦਾਂਗਾ ਜੇ 5000 ਦੀ ਲਿਸਟ 5000 ਦੀ ਲਿਸਟ ਸਿਰਫ ਉਹ ਦਿੱਲੀ ਦੀ ਅਨਾਊਂਸ ਕਰਕੇ ਦਿਖਾ ਦੇਵੇ ਮੈਨੂੰ ਲਿਸਟ ਕਿ ਆ 5000 ਬੰਦੇ ਨੂੰ ਸਰਕਾਰੀ ਨੌਕਰੀ ਦਿੱਤੀ ਉਹ ਫਰਾਡ ਆਦਮੀ ਆ ਫਰਾਡ ਗੱਲਾਂ ਕਰਦਾ ਹੈ ਭਾਈ ਉੱਥੇ ਦੇਖੋ ਇੱਕ ਵੀ ਉਹਨੇ ਕਾਲਜ ਬਣਾਇਆ ਹੋਵੇ ਮੈਨੂੰ ਦਿਖਾਵੇ ਕਹਿੰਦਾ ਮੈਂ ਉੱਥੇ ਜੋ ਜੋ ਸਕੂਲਾਂ 'ਤੇ ਉਹ ਕਹਿੰਦਾ ਹੈ ਕਿ ਅਸੀਂ ਸਾਡੇ ਨਾਲ ਕੰਪੀਟੀਸ਼ਨ ਕਰ ਲੈਂਦੀ ਭਾਈ ਇੱਕ ਵੀ ਸਕੂਲ ਕੇਜਰੀਵਾਲ ਨੇ ਬਣਾਇਆ ਦਿਖਾਵੇ ਮੈਨੂੰ ਇੱਕ ਵੀ ਕਾਲਜ ਬਣਾਇਆ ਦਿਖਾ ਦੇ ਮੈਨੂੰ ਇੱਕ ਵੀ ਹਸਪਤਾਲ ਬਣਾਇਆ ਤਾਂ ਮੇਰੇ ਨਾਲ ਗੱਲ ਕਰੇ ਉਹ ਇੱਕ ਵੀ ਉਹਨੇ ਐਲੀਵੇਟਡ ਬਣਾਇਆ ਤਾਂ ਮੇਰੇ ਨਾਲ ਗੱਲ ਕਰੇ ਕੋਈ ਇੱਕ ਵੀ ਮੈਟਰੋ ਚਲਾਈ ਤਾਂ ਗੱਲ ਕਰੇ ਉਹ ਕਹਿ ਰਿਹਾ ਸੀਗਾ ਕਿ ਮੈਂ ਵਾਈਫਾਈ ਪੂਰੀ ਦਿੱਲੀ 'ਚ ਫ੍ਰੀ ਕਰਾਂਗਾ ਇੱਕ ਨੂੰ ਵੀ ਕਰਤਾ ਤਾਂ ਦੱਸ ਦੇਵੇ ਕਹਿੰਦਾ ਜੀ 2 ਲੱਖ ਲੋਕਾਂ ਨੂੰ ਨੌਕਰੀ ਦਿਆਂਗਾ ਮੈਂ ਕਿਹਾ 5000 ਦੀ ਲਿਸਟ ਦੇ ਦੇ ਲੇਕਿਨ ਔਰ ਇੱਥੇ ਵੱਖ ਵੱਖ ਪ੍ਰੋਜੈਕਟਾਂ ਦਾ ਅੱਜ ਉਦਘਾਟਨ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲੇ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਇਹ ਜਿਹੜਾ ਅੱਜ ਆਕਸੀਜਨ ਦਾ ਪਲਾਂਟ ਔਰ ਸਾਡੇ ਨਾਲ ਮੇਰੇ ਬੈਠੇ ਹੋਏ ਇੱਕ ਬਹੁਤ ਮਹਾਨ ਸ਼ਖਸੀਅਤ ਹੈ ਜਿਨ੍ਹਾਂ ਜਿਹੜੇ ਕਿਸੇ ਵੀ ਪਹਿਚਾਣ ਦੇ ਮੁਹਤਾਜ ਨੇ ਔਰ ਇਹ ਜਿਹੜਾ 2 ਕਰੋੜ ਰੁਪਇਆ ਇਹ ਸਾਡੇ ਸਾਰੇ ਵਾਸਤੇ ਕੰਮ ਆਵੇ ਪੰਜਾਬ ਦੇ ਵੱਖ ਵੱਖ ਕਾਲਜਾਂ ਵਾਸਤੇ ਯੂਨੀਵਰਸਿਟੀਆਂ ਵਾਸਤੇ ਇਹ ਇਹ ਇਹਨਾਂ ਦੀ ਦੇਣ ਔਰ ਇਹ ਸਾਰੇ ਪੰਜਾਬ ਦੇ ਵਿੱਚ ਸਾਡੇ ਵਾਸਤੇ ਇਹ ਕੰਮ ਕਰ ਰਹੇ ਔਰ ਮੈਂ ਇੱਥੇ ਖਾਸ ਤੌਰ ਦੇ ਉੱਪਰ ਧੰਨਵਾਦ ਕਰਨ ਵਾਸਤੇ ਆਇਆ ਔਰ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਮਾਨਯੋਗ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਜੀ ਸਾਡੀ ਪਾਰਟੀ ਦੇ ਸਾਰੇ ਸੀਨੀਅਰ ਲੀਡਰ ਮਾਨਸਾ ਔਰ ਸਾਰੇ ਸਾਥੀ ਅੱਜ ਇੱਥੇ ਉਪਸਥਿਤ ਅੱਜ ਜਿੱਥੇ ਪਾਰਕਿੰਗ ਦਾ ਉਦਘਾਟਨ ਕਰਨ ਜਾ ਰਹੇ ਹਾਂ ਉੱਥੇ ਅਸੀਂ ਇਹ ਪ੍ਰੋਜੈਕਟ ਦਾ ਉਦਘਾਟਨ ਕਰਨ ਜਾ ਰਹੇ ਹਾਂ ਮੈਂ ਔਰ ਇੰਸਟੀਚਿਊਟ ਬਿਲਡਿੰਗ ਜਿਹੜੀ ਹੈ ਉਸਦਾ ਉਦਘਾਟਨ ਹੋਣਾ ਹੈ ਔਰ ਜਿਹੜੀ ਲੈਬ ਹੈ ਉਹਦਾ ਵੀ ਉਦਘਾਟਨ ਹੋਣਾ ਹੈ ਇਹ ਸਾਰੇ 3-4 ਪ੍ਰੋਜੈਕਟਾਂ ਦਾ ਅੱਜ ਉਦਘਾਟਨ ਕਰਨ ਵਾਸਤੇ ਆਇਆ ਔਰ ਅੱਜ ਤੋਂ ਬਾਅਦ ਇਹ ਲੋਕਾਂ ਨੂੰ ਸਮਰਪਿਤ ਹੋ ਜਾਂਦਾ।